बाकी परिवार का कोई मुल नहीं गा, बहुत ही चंगा जिन्ना भी आख गए उन्ना ही चंगा। मेरे 6 साल हो गए, मेरी धी इत्थे भी आई, मेरी धी नूं कदी कंडे जिन्नी अजर नहीं उन्ना आउण दित्ती, ना दिओरां ना सस ने, बहुत वधिया परिवार, जिन्ना भी मैं कह सकां रब तों वध के भी कोई इहो जिहा परिवार दे विच गल नहीं है जी। लाड़ियों साड़ी उह धी दी किस्मत, पता नहीं की उहदे नाल रब ने कहर वरतिया, पर इहो जिही बेटी उह भी नहीं सी साडे वास्ते, उह भी साडी धी आ। आप वो रोडवेज सी भाजी, वो सैलर च लगा अंबरसर, बच्चा उन्हों का जी वो पहला बच्चा ही, पिछो पिछो दी एक बेटी आई सी नाल। हाँ जी हाँ जी, डैथ उहदी माता दी जिहड़ी इस घर दे विच बेटी नौ बनी इन्हां दी, ते एक इन्हां दी उन्हां दी जिहड़ी आपदी बेटी सी, एक उहदी एक बच्चे होण वाले दी भी हो गई, ते अज उन्हां दी डिलीवरी सी, अज उन्हां डिलीवरी कराउणी सी उहदी। उहदे नां दा नहीं मैनूं पता भी की उहदा नां है बेटी दा, ते खरे कि मीत मीत उहनूं आंदे, बाकी इन्नियां गल्लां दा मैनूं ते पता वा। जो भी अहीं बहुत घट आई दा भी आखीदा धीआं दे घर चंगे नहीं लगदे, मेरी बेटी आ ना ना मेरी बेटी आ है जिहड़ी वड्डी नौ उहनां दी, वड्डी नौ उहनां दी, हाँ जी उह मेरी बेटी। पता लगा कारण ना कोई इहो जिही गल नहीं हैगी, बहुत परिवार वधिया आपदे घर रहि रिहा सी। माता उहनां दी कैंसर दा मरीज़ आ, उह ते अंदर पई आ, प्यो उहनां दे दी डैथ हो गई सी पहलों उहनां दी दी बेटियां दी दी, ਉਹਨਾਂ ਦੀਆਂ ਬਾਹਾਂ ਵੱਡੀਆਂ ਗਈਆਂ ਸੀ ਵਿਚਾਰਿਆਂ ਦੀਆਂ, ਅਤੇ ਬਿਜਲੀ ਬੋਰਡ 'ਚ ਸੀ ਨੌਕਰੀ ਕਰਦੇ, ਅਤੇ ਉਹ ਵੀ ਆਪਦੇ ਟੈਨਸ਼ਨ ਦੇ ਨਾਲ ਹੀ ਮੁੱਕ ਗਏ। ਗੁੱਡੀਆਂ ਦਾ ਸਾਨੂੰ ਇਨਫੋਰਮੇਸ਼ਨ ਆਈ ਵੀ ਰਣਜੀਤਾ ਹਸਪਤਾਲ ਆ ਪੁਤਲੀ ਘਰ, ਉੱਥੇ ਕੋਈ ਸੂਸਾਈਡ ਕਰ ਗਿਆ, ਅਤੇ ਬੋਡੀਆਂ ਉੱਥੇ ਡੈੱਡ ਬੋਡੀਆਂ ਉੱਥੇ ਪਈਆਂ ਸੀ, ਉੱਥੇ ਗਏ ਮੌਕੇ 'ਤੇ, ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕੀ ਅਸਲ ਤੱਥ ਆ। ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਹਦੇ ਮੁਤਾਬਕ ਪਰਚਾ ਦਰਜ ਕਰਕੇ, ਜੇ ਨਹੀਂ ਪਰਚਾ ਬਣਦਾ ਸੂਸਾਈਡ ਹੋਊਗੀ, ਉਸ ਮੁਤਾਬਕ ਕਾਰਵਾਈ ਕਰਕੇ ਅਤੇ ਸਾਰੇ ਤੱਥ ਸਾਹਮਣੇ ਲਿਆ ਕੇ। ਸਰ ਕਿਹੜੇ ਇਲਾਕੇ ਕਾਰਵਾਈ ਕੀਤੀ ਆ? ਕਿਹੜੇ ਇਲਾਕੇ ਦੀ ਘਟਨਾ ਕੀ ਸਰ? ਗੁਰੂ ਤੇਗ ਬਹਾਦਰ ਨਗਰ ਦੀ। ਕਿੰਨੇ ਜਣੇ ਸੀ ਟੋਟਲ ਇਹ ਜੀ? 3 ਪਰਿਵਾਰ 'ਚ ਕੌਣ ਕੌਣ ਹੈ ਜੀ? ਪਰਿਵਾਰ ਦੇ ਵਿੱਚ 3, ਚੌਥਾ ਦਾ ਪਤੀ ਰਾਜਵੀਰ ਸਿੰਘ ਮ੍ਰਿਤਕ ਲੜਕੀ ਦਾ, ਅਤੇ ਇੱਕ ਛੋਟੀ ਬੱਚੀ 10 ਸਾਲ ਦੀ, ਇੱਕ ਉਹਦੀ ਲੜਕੀ ਮਰਨ ਵਾਲੀ ਦੀ ਮਦਰ ਆਈ ਉਹ। ਹਾਂਜੀ ਜਿਹੜੀ ਵੀ ਕਾਰਵਾਈ ਬਣਦੀ ਉਹ ਅਸੀਂ ਜ਼ਰੂਰ ਕਰਾਂਗੇ। ਅੱਜ ਕੀ ਮਾਮਲਾ ਹੈ ਜਿਹੜਾ 3 ਸੂਸਾਈਡ ਦੀ ਕੋਈ ਖਬਰ ਆ ਰਹੀ ਆ ਤੁਹਾਡੇ ਕੋਲ? ਕੀ ਜੀ, ਸਾਨੂੰ ਤਾਂ ਇਨਫੋਰਮੇਸ਼ਨ ਆਈ ਰਣਜੀਤ ਹਸਪਤਾਲ ਪੁਤਲੀ ਘਰ ਅੰਮ੍ਰਿਤਸਰ ਤੋਂ ਕਿ ਕੋਈ ਜ਼ਹਿਰੀਲੀ ਚੀਜ਼ ਖਾ ਚੁੱਕੀ ਇੱਕ ਲੜਕੀ ਜੀਤ ਕੌਰ, ਪ੍ਰੀਤਮ ਕੌਰ ਅਤੇ ਲੜਕੀ 10 ਸਾਲ ਦੀ। ਉੱਥੇ ਅਸੀਂ ਮੌਕੇ 'ਤੇ ਪਹੁੰਚੇ ਹਾਂ, ਜਾਂਦਿਆਂ ਨੂੰ ਉਹਨਾਂ ਨੇ ਡਾਕਟਰ ਸਾਹਿਬ ਨੇ ਦੱਸਿਆ ਵੀ ਇਹ ਡੈੱਡ ਹੋ ਚੁੱਕੀਆਂ 3, ਉਹ ਲਾਸ਼ਾਂ ਨੂੰ ਕਬਜ਼ੇ 'ਚ ਲਿਆ, ਇਨਵੈਸਟੀਗੇਸ਼ਨ ਕੀਤੀ ਜਾ ਰਹੀ, ਜੋ ਵੀ ਤੱਥ ਬਣਦੇ ਹੋਏ ਉਹਦੇ ਮੁਤਾਬਕ ਕਾਰਵਾਈ। ਕੋਈ ਕਾਰਨ ਪਤਾ ਲੱਗਾ ਸਰ? ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਜੋ ਵੀ ਕਾਰਨ ਹੋਣਗੇ। ਰਿਸ਼ਤੇਦਾਰੀ 'ਚ ਕੀ ਲੱਗਦੀਆਂ ਸੀ ਸਾਰੀਆਂ? ਰਿਸ਼ਤੇਦਾਰੀ 'ਚ ਜੀਤਿੰਦਰ ਕੌਰ ਦੀ ਮਾਤਾ ਵਾ ਪ੍ਰੀਤਮ ਕੌਰ, ਅਤੇ ਗੁਰਨੂਰ ਕੌਰ ਬੇਟੀ ਉਹਦੀ 10 ਸਾਲ ਦੀ। ਹਾਂਜੀ, ਵੇਖਣ ਜਾਂ ਸੁਣ ਜਾਂ ਜਿਹੜੀ ਇਹਦੇ ਬਾਰੇ ਡਾਕਟਰ ਸਾਹਿਬ ਦੱਸ ਸਕਦੇ ਜੀ? ਮੈਂ ਮਤਲਬ ਗੱਲ ਡਾਕਟਰ ਸਾਹਿਬ ਦੱਸ ਰਹੇ ਸੀ ਵੀ ਕੋਈ ਹੈ ਹੀ ਇਹੋ ਜਿਹਾ, ਬਾਕੀ ਇਹ ਤਾਂ ਡਾਕਟਰ ਸਾਹਿਬ ਪੋਸਟਮਾਰਟਮ ਟਾਈਮ ਦੱਸਣਗੇ ਵੀ ਕੀ ਹੀ ਅਸਲ 'ਚ ਗੱਲ, ਇਹਦੇ ਬਾਰੇ ਆਪਾਂ ਤਾਂ ਕੁਛ ਕਹਿ ਨਹੀਂ ਸਕਦੇ। ਇਨਵੈਸਟੀਗੇਸ਼ਨ ਕਰਾਂਗੇ, ਜੋ ਡਾਕਟਰ ਸਾਹਿਬ ਦੀ ਰਿਪੋਰਟ ਆਊ ਉਹਦੇ ਮੁਤਾਬਕ ਉਹ ਤੋਂ ਬਾਅਦ ਹੀ ਇਹ ਗੱਲ ਦੱਸੀ ਜਾ ਸਕਦੀ ਹੈ। ਸਰ ਕੀ ਮਾਮਲਾ ਦਰਜ ਕੀਤਾ ਗਿਆ ਜੀ? ਮਾਮਲਾ ਫਿਲਹਾਲ ਕੋਈ ਨਹੀਂ, ਉਹਨਾਂ ਦੇ ਵਾਰਸ ਆ ਰਹੇ, ਉਹ ਦੂਰ ਹੀ ਮਲੋਟ ਅਤੇ ਲੁਧਿਆਣੇ ਕੋਲ ਰਿਸ਼ਤੇਦਾਰ ਉਹਨਾਂ ਦੇ। ਡੈੱਡ ਬੋਡੀਆਂ ਕਿੱਥੇ ਰੱਖੀਆਂ? ਡੈੱਡ ਬੋਡੀਆਂ ਸਿਵਲ ਹਸਪਤਾਲ ਜੀ, ਡੈੱਡ ਹਾਊਸ ਦੇ ਵਿੱਚ ਰੱਖੀਆਂ। ਜੋ ਵੀ ਇਹਦੇ ਮੁਤਾਬਕ ਵੇਖੋ 3 ਮੌਤਾਂ ਹੋਈਆਂ, ਜੋ ਵੀ ਕਾਰਵਾਈ ਬਣਦੀ ਹੋਊ ਅਸੀਂ ਬਰੀਕੀ ਨਾਲ ਜਾਂਚ ਕਰਕੇ ਉਹ ਕਰਾਂਗੇ। ਸਰ ਘਰੇਲੂ ਝਗੜਾ ਕੋਈ ਪਤਾ ਲੱਗਾ? ਇਨਵੈਸਟੀਗੇਸ਼ਨ ਚੱਲ ਰਹੀ ਜੀ, ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਜੋ ਵੀ ਇਨਵੈਸਟੀਗੇਸ਼ਨ ਹੋਊ ਤੁਹਾਨੂੰ ਸਾਰੀ ਗੱਲ ਇਨਵੈਸਟੀਗੇਸ਼ਨ ਕਰਕੇ ਬਣਦੀ ਕਾਰਵਾਈ ਕਰਕੇ ਤੁਹਾਨੂੰ ਜ਼ਰੂਰ ਦੱਸਾਂਗੇ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ,
स्वामी शुक्राचार्य मां काली उपासक तांत्रिक विधि नाल पाओ 100% गारंटी नाल हर परेशानी दा हल। पति पत्नी च झगड़ा, प्रेम ब्याज रुकावट, सौदन दुश्मन दा खात्मा, विदेश च पक्का होना, कीता कराया, गुप्त वशीकरण कराओ, रुसे प्रेमी प्रेमिका नूं अपने बस च करो, लाटरी नंबर पाओ भावें 649 होवे जां लुटो मैक्स। प्यार च धोखा खा चुके प्रेमी प्रेमिका, एक बार जरूर संपर्क करो, मैं तुहाडा प्यार टुटण नहीं देवांगा। संपर्क करो 98729।